ਸਾਈਡ 'ਚ ਬਣਾਇਆ ਗਿਆ ਹੈ। ਇਸ ਸਥਾਨ 'ਤੇ ਬਾਬਾ ਜੀ ਦਾ ਸੀਸ ਧਰ ਅਲੱਗ ਹੋਇਆ। ਇਹ ਗੁਰਦੁਆਰਾ ਅੰਮ੍ਰਿਤਸਰ ਤੋਂ 5 ਕਿਲੋਮੀਟਰ ਦੀ ਦੂਰੀ 'ਤੇ ਹੈ, ਪਿੰਡ ਚੱਬੇ ਵਿਖੇ ਸਥਿਤ ਹੈ। ਦਰਸ਼ਨ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ, ਅਤੇ ਨਾਲੇ ਦੱਸਦੇ ਹਾਂ ਇੱਥੋਂ ਦਾ ਕੀ ਇਤਿਹਾਸ ਹੈ। ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਤਿਆਰ ਹੋ ਰਹੀ ਹੈ ਅਤੇ ਮਹਾਰਾਜ ਦਾ ਪ੍ਰਕਾਸ਼ ਮੈਂ ਦੂਜੀ ਸਾਈਡ ਕੀਤਾ ਹੋਇਆ, ਆਓ ਦਰਸ਼ਨ ਕਰਾਉਂਦੇ ਹਾਂ ਤੁਹਾਨੂੰ। ਪਤਾ ਹੈ ਕਿ ਜਦੋਂ ਦਰਬਾਰ ਸਾਹਿਬ ਦੀ ਦਾਦੀ ਵੱਲੋਂ ਹੋਰ ਦੇਗ ਦੀ ਕੀਤੀ ਗਈ ਸੀ, ਉਸ ਟਾਈਮ ਬਾਬਾ ਦੀਪ ਸਿੰਘ ਜੀ ਸੰਦੇਗ ਜੀ ਦਾ ਬਦਲਾ ਲੈਣ ਲਈ ਅਤੇ ਦਰਬਾਰ ਸਾਹਿਬ ਨੂੰ ਆਜ਼ਾਦ ਕਰਵਾਉਣ ਲਈ ਇੱਥੇ ਯੁੱਧ ਅਬਦਾਲੀ ਦੀਆਂ ਫੌਜਾਂ ਨਾਲ ਇੱਥੇ ਯੁੱਧ ਲੜਿਆ ਸੀ। ਇਸ ਯੁੱਧ ਕਰਦੇ ਕਰਦੇ ਬਾਬਾ ਜੀ ਦਾ ਸੀਸ ਧੜ ਤੋਂ ਅਲੱਗ ਹੋ ਗਿਆ ਸੀ। ਸਿੱਖ ਸੰਗਤਾਂ ਨੇ ਬਾਬਾ ਜੀ ਦੇ ਸਿੰਘ ਚਰਨਾਂ 'ਚ ਜਾ ਕੇ ਡਿੱਗੇ ਤਾਂ ਬਾਬਾ ਜੀ ਨੇ ਆਪਣਾ ਸੀਸ ਹੱਥ ਨਾਲ ਸੀਸ ਤਲੀ 'ਤੇ ਰੱਖਿਆ ਅਤੇ ਮੇਰੇ ਸਾਥੀ